हाँ जी सर, सर नाम की है थोड़ा? मेरा नाम विकास दत्ता है। सर जिसे जख्मी होया बंदा वो की ना उरा नाम की और उरा रिश्ता की तो नाम की वो रिश्ता मेरा वड्डा ब्रदर हैगा ते ओ धीरज दत्ता ओदा नाम। की गलबात की हुई जी सर। ओ ना 7-8 साल तो मुर्गियां वाली गड्डियां चलांदे है ना, ते ओ क्लिंटर हैगा ते ओदे नाल एक ड्राइवर से ओ गए जी परसों, गए श्रीनगर परसों गए, हाँ परसों गए श्रीनगर ते कल उन्हां दी वापसी ही। कल शाम पै गई उन्हां दी 4:30-5 बज गए श्रीनगर ही। ते ओ कहिंदे रोटी रूटी बना के ते गड्डी दी बना रेस्ट कर लगे ही, ते 5:30 होए ही ते उधरों मिलिटेंट आ गए दो ही कार च, एक गड्डी चला रहा ही ते एक ने अपना बाहर आया ते एकदम खड़काई ओदी गड्डी दी खिड़की, वो एकदम खोलिया ड्राइवर ने ते ड्राइवर ने सीधा इतने पेट च गोली मारती ते ब्रदर मेरा साइड ते ही वो सीधे पैर ते गोली लग ਕਿੰਨਾ ਚਿਰ ਹੋ ਗਿਆ ਸਰ ਇਹਨਾਂ ਨੂੰ ਕੰਮ ਕਰਦੇ ਆ, ਕਿੰਨਾ ਚਿਰ ਹੋ ਗਿਆ? ਗਈ ਇਹ ਜੀ 7-8 ਸਾਲ ਹੋ ਗਿਆ, ਕਦੀ ਅੱਗੇ ਕਦੀ ਇਹੋ ਜਿਹੀ ਪ੍ਰੋਬਲਮ ਨਹੀਂ ਆਈ। ਤੇ ਕਿੱਥੇ ਲੱਗੀ, ਕਿੱਥੇ ਗੋਲੀ ਕਿੱਥੇ ਲੱਗੀ ਬ੍ਰਦਰ ਤੁਹਾਡੇ ਨੇ? ਉਹ ਪਿੰਨੀ ਤੇ ਲੱਗੀ ਦੀ ਆ ਥੱਲੇ ਲੱਤ ਤੇ ਨਾ, ਆਰ ਪਾਰ ਹੋ ਗਈ ਗੋਲੀ ਸਾਈਡ ਤੋਂ ਨਾ, ਉਹ ਹੁਣ ਉਹਨਾਂ ਨਾਲ ਮੇਰੀ ਗੱਲ ਵੀ ਹੋਈ ਹੈ, ਬਿਲਕੁਲ ਠੀਕ ਹੈ। ਬਿਲਕੁਲ ਠੀਕ ਹੈ। ਤੇ ਇਹ ਆਪਣਾ ਕਿੰਨੀ ਏਜ ਕਿੰਨੀ ਹੈ ਬ੍ਰਦਰ ਤੁਹਾਡੇ ਦੀ? ਉਹਨਾਂ ਦੀ 43 ਤੇ ਮੈਰਿਡ ਨੇ ਜਾਂ ਬੱਚੇ ਵੀ ਨਹੀਂ ਉਹਨਾਂ ਨਹੀਂ ਦੇ ਅਨਮੈਰਿਡ ਹੈ, ਬੱਚੇ ਵੀ ਹੈ ਜਾਂ ਮੈਰਿਡ ਨਹੀਂ? ਨਹੀਂ ਅਨਮੈਰਿਡ ਹੈ। ਦਰਅਸਲ ਉਹ ਠੀਕ ਨਹੀਂ ਨਾ ਰਹਿੰਦਾ ਹੈਗਾ, ਪਿੱਛੇ ਜੀ ਵੀ ਥੋੜ੍ਹਾ ਜਿਹਾ ਠੀਕ ਨਹੀਂ ਹੈਗਾ, ਉਹਦੇ ਲੀਵਰ 'ਚ ਪ੍ਰੋਬਲਮ ਆ ਗਈ ਸੀ, ਉਹਦਾ ਵੀ ਪਹਿਲਾਂ ਵੀ ਇਲਾਜ ਕਰਾਇਆ ਸੀ 2 ਸਾਲ ਪਹਿਲਾਂ, ਅੱਛਾ ਉਹ ਹੁਣ ਥੋੜ੍ਹਾ ਠੀਕ ਹੋ ਸੀਗਾ, ਵੈਸੇ ਮੈਰਿਜ ਨਹੀਂ ਹੋਈ ਦੀ ਉਹਦੀ। ਉਹਦਾ ਨਾਮ ਕੀ ਹੈ ਕੰਡਕਟਰ ਦਾ ਜਿਹੜਾ ਕਲਿੰਟਰ ਦੇ ਨਾਲ, ਉਹਦਾ ਉਹਦਾ ਨਾਮ ਨਾਂ ਕੀ ਹੁੰਦਾ ਸੁਰਿੰਦਰ ਆਪਣਾ ਕੁਮਾਰ, ਕਲਿੰਟਰ ਦਾ? ਸੁਰਿੰਦਰ ਕੁਮਾਰ ਹੈ ਉਹ ਡਰਾਈਵਰ ਹੈ ਮੇਰਾ ਬ੍ਰਦਰ ਹੈ ਨਾ ਜਿਹੜਾ, ਉਹ ਸੀਗਾ ਆਪਣਾ ਕਲਿੰਟਰ ਸੀ। ਅੱਛਾ ਤੇ ਇਹ ਜਿਹੜੇ ਡਰਾਈਵਰ ਨੇ ਸੁਰਿੰਦਰ ਕੁਮਾਰ, ਇਹ ਕਿੱਥੋਂ ਰਹਿਣ ਵਾਲੇ? ਇਹ ਨੂਰਪੁਰ ਸਾਈਡ ਦੇ ਆ ਜੀ। ਨੂਰਪੁਰ ਸਾਈਡ ਤੇ ਇਹਨਾਂ ਨੂੰ, ਇਹਨਾਂ ਦੇ ਕਿੱਥੇ ਲੱਗੀ ਗੋਲੀ? ਇਹਨਾਂ ਦੇ ਪੇਟ ਦੇ ਨਾ ਲੈਫਟ ਸਾਈਡ ਲੱਗੀ ਗੋਲੀ ਤੇ ਓਪਰੇਟ ਹੋਇਆ, ਪਰ ਫਿਲਹਾਲ ਤੇ ਥੋੜਾ ਜਿਹਾ ਹੈ ਹੀ ਹੈ ਪ੍ਰੋਬਲਮ, ਸੀਰੀਅਸ ਹੀ ਹੈਗੇ ਆ। ਤੇ ਕਿੱਥੇ ਨੇ ਹੁਣ ਤੁਹਾਡੇ ਬ੍ਰਦਰ, ਕਿਹੜੇ ਹਸਪਤਾਲ ਨੇ? ਮੇਰੇ ਬ੍ਰਦਰ ਨਾ ਰਾਤ ਨੂੰ ਤੇ ਪੁਲਵਾਮਾ 'ਚ ਹੀ ਤੇ ਰਾਤ ਨੂੰ ਫਿਰ ਨਾ ਉਹ ਪ੍ਰਾਈਵੇਟ ਹਸਪੀਟਲ ਸ਼੍ਰੀਨਗਰ ਲੈ ਗਏ ਸੀ। ਅੱਛਾ। ਹਾਂਜੀ ਸੁਰੇਸ਼ ਸ਼ਰਮਾ ਮੇਰਾ ਨਾਮ ਹੈ ਜੀ, ਸਬਜ਼ੀ ਮੰਡੀ ਮੇਰਾ ਬਿਜ਼ਨਸ ਹੈ, XMC ਇੱਥੇ ਵਾਰਡ ਨੰਬਰ 37 ਤੋਂ, ਮੈਂ ਭਾਰਤ ਨਗਰ ਤੋਂ। ਪੁਲਵਾਮਾ ਦੇ ਵਿੱਚ ਜਿਹੜੀ ਆ ਗੋਲੀ ਲੱਗੀ, ਇਹਨਾਂ ਦੇ ਹਾਦਸਾ ਹੋਇਆ ਹੈ, ਹਾਂਜੀ। ਤੇ ਇਹ ਤੁਹਾਡੇ ਹੀ ਮੁਹੱਲੇ ਰਹਿਣ ਵਾਲੇ, ਕਿੱਦਾਂ ਦਾ ਨੇਚਰ, ਕਿੱਦਾਂ ਔਰ ਕਿੰਨੀ ਏਜ ਕਿੰਨੀ ਹੈ ਇਸਦੇ ਨਾਲ? ਧੀਰਜ ਦੱਤਾ ਜੀ 43 ਦੇ ਲਗਭਗ ਏਜ ਹੈ, ਬਹੁਤ ਵਧੀਆ ਬੰਦੇ ਨੇ ਤੇ ਇਹਨਾਂ ਦੇ ਬ੍ਰਦਰ ਸੋਸ਼ਲ ਵਰਕਰ ਨੇ, ਉਹ ਵੀ ਇਹਨਾਂ ਦੇ ਨਾਲ ਵੈਸੇ ਕਾਫੀ ਸੋਸ਼ਲ ਵਰਕਰ ਦਾ ਕੰਮ ਕਰਦੇ ਆ, ਵਧੀਆ ਬੰਦੇ ਆ, ਕਦੀ ਵੀ ਉਹਨਾਂ ਦੀ ਕਿਸੇ ਨਾਲ ਕੋਈ ਗੱਲਬਾਤ ਨਹੀਂ ਹੋਈ, ਬਹੁਤ ਹੀ ਭਲੇ ਮਾਸ ਬੰਦੇ ਨੇ। ਕੀ ਪਤਾ ਲੱਗਾ, ਕੀ ਗੱਲਬਾਤ ਕੀ ਹੋਈ ਸੀ ਉੱਥੇ ਪ੍ਰੋਗਰਾਮ, ਕੋਈ ਪਤਾ ਲੱਗਾ ਤੁਹਾਨੂੰ ਕੀ? ਰਾਤੀ ਵਿਕਾਸ ਦੱਤਾ ਜੀ ਮੇਰੇ ਨਾਲ ਹੀ ਬੈਠੇ ਦੇ ਸੀ ਤੇ ਸਾਨੂੰ ਤਿਵਾਰੀ ਜੀ ਦਾ ਫੋਨ ਆਇਆ, ਤਿਵਾਰੀ ਜੀ ਤੇ ਦਿੱਤੇ ਜੀ ਬੋਲਦੇ ਕਿ ਅਸੀਂ ਤੁਹਾਡੇ ਘਰ ਆਏ ਹਾਂ ਤੇ ਤੁਹਾਡੇ ਬ੍ਰਦਰ ਨੂੰ ਇਸ ਤਰ੍ਹਾਂ ਮਿਲੀਟੈਂਟਾਂ ਗੋਲੀ ਮਾਰਤੀ ਹੈ, ਤੇ ਮੈਨੂੰ ਇਹਨਾਂ ਕਿਹਾ ਯਾਰ ਬ੍ਰਦਰ ਨੂੰ ਗੋਲੀ ਲੱਗ ਗਈ ਤੇ ਅਸੀਂ ਉਸੇ ਟਾਈਮ ਘਰ ਆ ਗਏ ਹਾਂ। ਫਿਰ ਉਹਨਾਂ ਦਿਲਾਸਾ ਦਿੱਤਾ ਕਿ ਉਹਨਾਂ ਦੇ ਲੱਤ ਵਿੱਚ ਗੋਲੀ ਲੱਗੀ, ਉਹਨਾਂ ਫੋਟੋ ਵੀ ਦੱਸੀ ਸਾਨੂੰ ਤੇ ਫੋਟੋ ਦੇਖ ਕੇ ਦੇਖਿਆ ਕਿ ਲੱਤ ਵਿੱਚ ਗੋਲੀ ਹੈ, ਮੈਂ ਕਿਹਾ ਚਲੋ ਬਚਾਇਆ ਹੈਗਾ ਲੱਤ ਦੇ ਵਿੱਚ ਤੇ ਕੋਈ ਇਹੋ ਜਿਹੀ ਗੱਲ ਨਹੀਂ, ਆਪਰੇਟ ਨਾਲ ਠੀਕ ਹੋ ਜਾਣਗੇ, ਤੇ ਦੂਸਰੇ ਬੰਦੇ ਦੇ ਪੇਟ 'ਚ ਗੋਲੀ ਲੱਗੀ ਉਹ ਥੋੜ੍ਹਾ ਸੀਰੀਅਸ ਸੀ, ਅਤੇ ਨਿਊਜ਼ ਚੈਨਲਾਂ 'ਚ ਵੀ ਤਕਰੀਬਨ ਸਾਰਿਆਂ 'ਚ ਆਉਂਦਾ ਗਿਆ ਵੀ ਪੁਲਵਾਮਾ ਅਟੈਕ ਦੇ ਵਿੱਚ 2 ਲੋਕ ਘਾਇਲ ਹੋਏ ਹੈ, ਅਤੇ ਈਸ਼ਵਰ ਦੀ ਕਿਰਪਾ ਹੈ ਕਿ ਆਪਰੇਟ ਉਹਨਾਂ ਦਾ ਕਾਮਯਾਬ ਹੋ ਗਿਆ, ਇਸ ਵੇਲੇ ਸਵਸਥ ਹੈ ਕਿ ਨਹੀਂ। ਤਕਰੀਬਨ 7-8 ਸਾਲ ਹੋ ਗਏ ਇਹਨਾਂ ਨੂੰ ਇਹੋ ਹੀ ਮੁਰਗੇ ਦੀ ਗੱਡੀ ਦੇ ਨਾਲ ਜਾਂਦੇ, ਨਹੀਂ ਪਹਿਲਾਂ ਕੋਈ ਇਹੋ ਜਿਹਾ ਹਾਦਸਾ ਨਹੀਂ ਹੋਇਆ ਜੀ। ਨਹੀਂ ਭਈਆ ਉਹਨਾਂ ਦਾ ਕੋਨੈਕਟ ਨਹੀਂ ਹੋ ਸਕਿਆ ਕਿ ਉਹਨਾਂ ਦਾ ਕੋਈ ਨੰਬਰ ਨਹੀਂ ਹੈ ਸਾਡੇ ਕੋਲ, ਤਾਂ ਰਾਤੀ ਮੀਡੀਆ ਵਾਲੇ ਵੀ ਤਕਰੀਬਨ ਉਹਨਾਂ ਦਾ ਨੰਬਰ ਕਾਫੀ ਲੈਣ ਦੀ ਕੋਸ਼ਿਸ਼ ਕੀਤੀ ਹੈ ਲੇਕਿਨ ਨੰਬਰ ਉਹਨਾਂ ਦਾ ਮਿਲ ਨਹੀਂ ਸਕਿਆ। ਅਪਰੇਟ ਤਾਂ ਰਾਤੀ ਉਹਨਾਂ ਕਰਤਾ, ਸਟਿਚਿੰਗ ਵਗੈਰਾ ਕਰਤੀ ਹੈ, ਮੈਨੂੰ ਲੱਗਦਾ 4-5 ਦਿਨ ਦੇ ਵਿੱਚ ਛੁੱਟੀ ਦੇ ਦੇਣਗੇ ਉਹਨਾਂ ਨੂੰ, ਕਿਉਂਕਿ ਰਾਤੀ ਸਾਡੀ ਅਸ਼ਵਨੀ ਸ਼ਰਮਾ ਜੀ ਨਾਲ ਵੀ ਗੱਲ ਹੋ ਗਈ ਹੈ, ਵਿਧਾਇਕ ਸਾਡੇ ਪਠਾਨਕੋਟ ਦੇ, ਉਹਨਾਂ ਵੀ ਸ਼੍ਰੀਨਗਰ ਫੋਨ ਕੀਤਾ, ਉੱਥੋਂ ਦੇ ਪ੍ਰਸ਼ਾਸਨ ਨਾਲ ਗੱਲ ਕੀਤੀ ਹੈ ਕਿ ਇਸ ਮੇਰੇ ਹਲਕੇ ਦਾ ਨੁਮਾਇੰਦਾ ਅਤੇ ਇਹਦਾ ਜੋ ਵੀ ਹੈ ਜਲਦੀ ਤੋਂ ਜਲਦੀ ਇਹਦਾ ਇਲਾਜ ਕੀਤਾ ਜਾਏ, ਅਤੇ ਉਹਨਾਂ ਦੇ ਫੋਨ ਤੋਂ ਬਾਅਦ ਕਾਫੀ ਜ਼ਿਆਦਾ ਉੱਥੋਂ ਦੇ ਹੋਸਪਿਟਲ ਨੇ ਪੇਨ ਲਈ ਹੈ ਅਤੇ ਕੰਮ ਕਰ ਰਹੇ ਹੈ।